ਸਾਡੇ ਪੁਰਾਣੇ ਬਜ਼ੁਰਗ ਸੀ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਸੀ ਤੇ ਤੁਸੀਂ ਦੇਖਿਆ ਵੀ ਘਰਾਂ ਦੀ ਸ਼ਿੰਗਾਰ ਮੰਨੀ ਜਾਂਦੀ ਸੀ ਪਰ ਅੱਜ ਕਦੇ ਅੱਜ ਕੱਲ੍ਹ ਜਿਹੜੇ ਕੀ ਭਾਂਡੇ ਅਲੋਪ ਹੁੰਦੇ ਜਾਂਦੇ ਨੇ ਪਰ ਤਸਵੀਰਾਂ ਖਾਵਾਂਗੇ ਤੁਹਾਨੂੰ ਅੱਜ ਵੀ ਜਿਹੜਾ ਕਿ ਇਹਨਾਂ ਨੇ ਖਜ਼ਾਨਾ ਸਾਂਭਿਆ ਜਿਹੜਾ ਕਿ ਪਿੱਤਲ ਦੇ ਭਾਂਡਿਆਂ ਦਾ ਤੁਸੀਂ ਦੇਖ ਰਹੇ ਹੋ ਬੜੀ ਵਿਰਾਸਤ ਹੈ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਕਿ ਇਹਨਾਂ ਸਾਂਭੀ ਆ ਇਹ ਪਿੱਤਲ ਦੇ ਭਾਂਡੇ ਸਾਂਭ ਕੇ ਰੱਖੇ ਦਾ ਜੀ ਪੁਰਾਣਾ ਕਲਚਰ ਹੈ ਸਾਰਾ ਨਵਾਂ ਤਾਂ ਚਲੋ ਬੰਦੇ ਪਰਾਤ ਪਤੀਲਾ ਕੜਾਈ ਇਹ ਸਾਰਾ ਪੁਰਾਣਾ ਕਲਚਰ ਹੈ ਇਹਦੇ 'ਚੋਂ ਹੁਣ ਅੱਜ ਕੱਲ੍ਹ ਕੁਛ ਵੀ ਨਹੀਂ ਮਿਲਣਾ ਛੱਲਾ ਕਾਹਦੇ ਕੰਮ ਵਾਸਤੇ ਵਰਤਿਆਂਦਾ ਸੀ ਅਤੇ ਕੀ ਕਹਿੰਦੇ ਦਹੀਂ ਖਾਣ ਲਈ ਸਪੈਸ਼ਲ ਇਹਦੇ 'ਚ ਦਹੀਂ ਖਾਣਾ ਬਹੁਤ ਲਾਹੇਵੰਦ ਆ ਹੁਣ ਤੁਹਾਨੂੰ ਪਤਾ ਹੀ ਹੈ ਪ੍ਰਕਾਸ਼ ਸਿੰਘ ਬਾਦਲ ਕੋਈ ਛੋਟੀ ਮੋਟੀ ਚੀਜ਼ ਥੋੜ੍ਹਾ ਸੀ ਉਹ ਸਪੈਸ਼ਲ ਇੱਥੋਂ ਮੰਗਾਉਂਦੇ ਹੁੰਦੇ ਸੀ ਸਾਲ ਬਾਅਦ ਇੱਕ ਛੰਨਾ ਉਹਨਾਂ ਨੇ ਮੰਗਾਉਣਾ ਹੀ ਮੰਗਾਉਣਾ ਇਸ ਤੋਂ ਥੋੜ੍ਹਾ ਵੱਡਾ ਹੁੰਦਾ ਸੀ ਆਹ ਜਿਵੇਂ ਭਾਰਾ ਇਹਨੂੰ ਢਲਾਈ ਦਾ ਪਤੀਲਾ ਕਹਿੰਦੇ ਆ ਕਲੀ ਹੋਇਆ ਦਾ ਕਲੀ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਆ ਅੱਗ 'ਤੇ ਜਿਹੜਾ ਭਾਂਡਾ ਰੱਖਣਾ ਕਿ ਨਹੀਂ ਉਹਨੂੰ ਕਲੀ ਹੋਣੀ ਬਹੁਤ ਜ਼ਰੂਰੀ ਹੈ ਚਾਹੇ ਪਿੱਤਲ ਦਾ ਅਤੇ ਚਾਹੇ ਤਾਂਬੇ ਦਾ ਇਹ ਕਲੀ ਜਿਹੜੀ ਪਿੰਗਰ ਕੇ ਆਪਣੇ ਸਰੀਰ 'ਚ ਜਾਂਦੀ ਹੈ ਮੈਡੀਕਲ ਦੀਆਂ ਦੁਕਾਨਾਂ ਤੋਂ ਆਪਾਂ ਦਵਾਈ ਲੈਂਦੇ ਹਾਂ ਉਹ ਆਪਣਾ ਉਹਦੇ ਵਿੱਚ ਵੀ ਕਲੀ ਹੁੰਦੀ ਹੈ ਕਲੀ ਜਿਹੜੀ ਪਿੰਗਰ ਕੇ ਆਪਣੇ ਸਰੀਰ 'ਚ ਜਾਂਦੀ ਹੈ ਅਤੇ ਦਰਦਾਂ ਦੇ ਰੋਗ ਲਈ ਹੁੰਦੀ ਹੈ ਤਾਂ ਕਰਕੇ ਕਲੀ ਕਰਵਾਉਂਦੇ ਆ ਅਲਮੀਨੀਅਮ ਦੇ ਭਾਂਡੇ 'ਚ ਜਦੋਂ ਗਰਮ ਸਮਾਨ ਵਰਤਣਾ ਜਿਵੇਂ ਸਬਜ਼ੀ ਬਣਾਉਣੀ ਉਹ ਸਭ ਤੋਂ ਜ਼ਿਆਦਾ ਹਾਨੀਕਾਰਕ ਆ ਸਬਜ਼ੀ ਸੁਬਜ਼ੀ ਤੁਸੀਂ ਖਾ ਲਓ ਰੱਖ ਲਓ ਜਿਹੜੀ ਅੱਗ 'ਤੇ ਵਰਤਣਾ ਉਹ ਸਭ ਤੋਂ ਹਾਨੀਕਾਰਕ ਹੈ ਸਲਾਹੀ ਜਿਹੜੀ ਆ ਅਸੀਂ ਅਕਸਰ ਫਿਲਮਾਂ 'ਚ ਦੇਖਦੇ ਸੀ ਪੁਰਾਣੀ ਵਿਰਾਸਤ ਨੂੰ ਵੇਖਦੇ ਹਾਂ ਵੀ ਇਹਦੇ ਵਿੱਚ ਸਲਾਹੀ ਵਿੱਚ ਅਕਸਰ ਲੋਕ ਸ਼ਰਾਬ ਜਿਹਨੂੰ ਕਹਿੰਦੇ ਵੀ ਮਦਰਾ ਜਿਹੜੇ ਪੀ ਕੇ ਦੇਖਦੇ ਹੁੰਦੇ ਸੀ ਪਰ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦੀ ਤੁਸੀਂ ਦੇਖ ਰਹੇ ਹੋ ਵੀ ਛੋਟੇ ਛੋਟੇ ਗਲਾਸ ਬਣਾਏ ਗਏ ਨੇ ਨਾ ਹੀ ਪੁਰਾਣੀ ਵਿਰਾਸਤਾਂ ਸਾਂਭੀ ਹੋਈਆਂ ਪਿੱਤਲ ਦੀਆਂ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਨਹੀਂ ਲੱਗਦੀ ਜੀ ਪੁਰਾਣਿਆਂ ਦਾ ਲੱਗਦੀ ਹੈ ਅੱਜ ਕੱਲ੍ਹ ਦੀ ਜਿਹੜੀ ਪੀੜ੍ਹੀ ਹੈ ਜਿਹੜੀ ਹੁਣ 18-20-25 ਸਾਲ ਦੀ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆ ਪਿੱਤਲ ਹੋਇਆ ਤਾਂਬਾ ਹੋਇਆ ਲੋਹਾ ਹੋਇਆ ਅੱਜ ਕੱਲ੍ਹ ਦੀ ਮੈਨੂੰ ਲੱਗਦਾ ਵੀ ਸ਼ਾਇਦ ਬੀਬੀਆਂ ਨੂੰ ਜਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹਦੇ ਬਾਰੇ ਨਹੀਂ ਪਤਾ ਵੀ ਇਹ ਕੀ ਚੀਜ਼ ਹੁੰਦੀ ਆ ਇਹ ਸੁਰਮੇਦਾਨੀ ਆ ਇਹ ਹੁਣ ਕਿਰਾਏ 'ਤੇ ਮਿਲਦੀਆਂ ਜੇ ਹੁਣ ਉਹ ਜ਼ਮਾਨਾ ਨਹੀਂ ਰਿਹਾ ਵੀ ਮੁੱਲ ਲੈ ਕੇ ਹਾਂ ਬਸ ਇਹਨੂੰ ਸ਼ਿੰਗਾਰ ਕੇ ਉਹਨੇ ਕਿਰਾਏ 'ਤੇ ਲੈ ਜਾਣੇ ਆ ਅਤੇ ਮੁੜ ਕੇ ਫੇਰ ਦੇ ਜਾਣੇ ਆ ਅਤੇ ਮੈਨੂੰ ਇਹ ਦੱਸੋ ਵੀ ਰਿੰਦਰ ਭਾਅ ਜੀ ਜਿੰਨੀ ਵੀ ਇੱਥੇ ਪਾਲਿਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਇਹ ਆਪਣੇ ਕਾਰੀਗਰ ਹੁੰਦੇ ਕਿ ਜਾਂ ਪੰਜਾਬ 'ਚੋਂ ਬਾਹਰ ਕਾਰੀਗਰ ਹੁੰਦੇ ਸਾਰੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਜੰਡਿਆਲਾ ਗੁਰੂ ਵਿੱਚ ਪਹੁੰਚੇ ਹਾਂ ਅਤੇ ਠਠਿਆਰਾ ਦੇ ਮੁਹੱਲੇ ਜਿਹੜਾ ਕਿ 100 ਸਾਲ ਪੁਰਾਣਾ ਮੁਹੱਲਾ ਉੱਥੇ ਪਹੁੰਚੇ ਹਾਂ ਅਤੇ ਤੁਹਾਨੂੰ ਪੁਰਾਣੇ ਇਤਿਹਾਸ ਨਾਲ ਜਾਣੂ ਕਰਾਵਾਂਗੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਸੀ ਅਤੇ ਤੁਸੀਂ ਦੇਖਿਆ ਵੀ ਘਰਾਂ ਦੀ ਸ਼ਿੰਗਾਰ ਮੰਨੀ ਜਾਂਦੀ ਸੀ ਪਰ ਅੱਜ ਕਦੇ ਅੱਜ ਕੱਲ੍ਹ ਜਿਹੜੇ ਕੀ ਭਾਂਡੇ ਅਲੋਪ ਹੁੰਦੇ ਜਾਂਦੇ ਨੇ ਪਰ ਤਸਵੀਰਾਂ ਖਾਵਾਂਗੇ ਤੁਹਾਨੂੰ ਅੱਜ ਵੀ ਜਿਹੜਾ ਕਿ ਇਹਨਾਂ ਨੇ ਖਜ਼ਾਨਾ ਸਾਂਭਿਆ ਜਿਹੜਾ ਕਿ ਪਿੱਤਲ ਦੇ ਭਾਂਡਿਆਂ ਦਾ ਤੁਸੀਂ ਦੇਖ ਰਹੇ ਹੋ ਬੜੀ ਵਿਰਾਸਤ ਹੈ ਜਿਹੜੀ ਸਾਡੀ ਪੰਜਾਬ ਦੀ ਜਿਹੜੀ ਕਿ ਇਹਨਾਂ ਸਾਂਭੀ ਆ ਅਤੇ ਤੁਸੀਂ ਦੇਖ ਰਹੇ ਹੋ ਵੀ ਕਿੱਡੇ ਸੋਹਣੇ ਲੱਗ ਰਹੇ ਨੇ ਇਸ ਦੁਕਾਨ ਉੱਤੇ ਅਤੇ ਇੱਥੋਂ ਦੇ ਜਿਹੜੇ ਪ੍ਰਧਾਨ ਨੇ ਰਵਿੰਦਰ ਭਾਅ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਪੁੱਛਾਂਗੇ ਉਹਨਾਂ ਨਾਲ ਉਹਨਾਂ ਨੂੰ ਵੀ ਪੁਰਾਣੀ ਵਿਰਾਸਤ ਬਾਰੇ ਕੀ ਕਹਿਣਾ ਹੈ ਰਵਿੰਦਰ ਭਾਅ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬੀ ਲੋਚਨ ਧੰਨਵਾਦ ਜੀ ਧੰਨਵਾਦ ਅਤੇ ਰਵਿੰਦਰ ਭਾਅ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਪੁਰਾਣੀ ਵਿਰਾਸਤ ਸਾਂਭੀ ਆ ਪਿੱਤਲ ਦੇ ਭਾਂਡੇ ਕਿਹੜੀ ਕਿਹੜੀ ਕਿਸਮ ਦੇ ਆ ਕਿੱਥੋਂ ਲੈ ਕੇ ਆਉਂਦੇ ਸਾਰਾ ਕਿੱਥੋਂ ਦੇਖਿਆ ਜੀ ਸਾਂਝਾ ਕਰ ਦਿਓ ਥੋੜ੍ਹਾ ਅੱਗੇ ਆ ਜਾਓ ਇਹ ਪਿੱਤਲ ਦੇ ਭਾਂਡੇ ਸਾਂਭ ਕੇ ਰੱਖੇ ਦਾ ਜੀ ਪੁਰਾਣਾ ਕਲਚਰ ਹੈ ਸਾਰਾ ਨਵਾਂ ਤਾਂ ਚਲੋ ਬੰਦੇ ਪਰਾਤ ਪਤੀਲਾ ਕੜਾਈ ਇਹ ਸਾਰਾ ਪੁਰਾਣਾ ਕਲਚਰ ਹੈ ਇਹਦੇ 'ਚੋਂ ਹੁਣ ਅੱਜ ਕੱਲ੍ਹ ਕੁਛ ਵੀ ਨਹੀਂ ਮਿਲਣਾ ਜਿਵੇਂ ਤੁਸੀਂ ਆਹ ਲਾ ਲਓ ਛੰਨੇ ਕਾਂਸੀ ਦੇ ਇਹ ਆਪਣੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਪੈਸ਼ਲ ਇੱਥੋਂ ਮੰਗਾਉਂਦੇ ਹੁੰਦੇ ਸੀ ਜੰਡਿਆਲਾ ਗੁਰੂ ਤੋਂ ਸਾਡੇ ਕੋਲ ਸਪੈਸ਼ਲ ਕਿਉਂਕਿ ਕਾਂਸੀ ਦੇ ਹੁਣ ਬਣਦੇ ਹੀ ਨਹੀਂ ਆ ਪਿਓਰ ਕਾਂਸੀ ਦੇ ਉਸ ਤਰ੍ਹਾਂ ਨਕਲੀ ਕਾਂਸੀ ਦੇ ਬਣਦੇ ਆ ਪਿਓਰ ਕਾਂਸੀ ਦੇ ਕਿਧਰੇ ਕਿਧਰੇ ਅੱਬਲ ਦੇ ਬੰਦ ਛੰਨਾ ਪਿਓਰ ਕਾਂਸੀ ਦਾ ਬਿਲਕੁਲ ਜੀ ਮੈਂ ਆਪਾਂ ਦਰਸ਼ਕਾਂ ਨੂੰ ਛੰਨਾ ਵਿਖਾ ਦਾਂ ਕਿਉਂਕਿ ਅੱਜ ਕੱਲ੍ਹ ਜਿਹੜੀ ਨੌਜਵਾਨ ਪੀੜ੍ਹੀ ਆ ਜਾਂ ਉਹਨਾਂ ਨੂੰ ਛੰਨੇ ਬਾਰੇ ਨਹੀਂ ਪਤਾ ਵੀ ਛੰਨਾ ਹੁੰਦਾ ਕੀ ਆ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਵੀ ਭਾਅ ਜੀ ਛੰਨਾ ਕਾਹਦੇ ਕੰਮ ਵਾਸਤੇ ਵਰਤਿਆ ਜਾਂਦਾ ਸੀ ਅਤੇ ਕੀ ਕਹਿੰਦੇ ਦਹੀਂ ਖਾਣ ਲਈ ਸਪੈਸ਼ਲ ਇਹਦੇ 'ਚ ਦਹੀਂ ਖਾਣਾ ਬਹੁਤ ਲਾਹੇਵੰਦ ਆ ਹੁਣ ਤੁਹਾਨੂੰ ਪਤਾ ਹੀ ਹੈ ਪ੍ਰਕਾਸ਼ ਸਿੰਘ ਬਾਦਲ ਕੋਈ ਛੋਟੀ ਮੋਟੀ ਚੀਜ਼ ਥੋੜ੍ਹਾ ਸੀ ਉਹ ਸਪੈਸ਼ਲ ਇੱਥੋਂ ਮੰਗਾਉਂਦੇ ਹੁੰਦੇ ਸੀ ਸਾਲ ਬਾਅਦ ਇੱਕ ਛੰਨਾ ਉਹਨਾਂ ਨੇ ਮੰਗਾਉਣਾ ਹੀ ਮੰਗਾਉਣਾ ਇਸ ਤੋਂ ਥੋੜ੍ਹਾ ਵੱਡਾ ਹੁੰਦਾ ਸੀ ਇਹ ਹਰ ਇੱਕ ਚੀਜ਼ ਪਿੱਤਲ ਕਾਂਸੀ ਤਾਂਬਾ ਲੋਹਾ ਵੀ ਚਲੋ ਲਾ ਲਓ ਹਰ ਇੱਕ ਚੀਜ਼ ਇਹ ਸਿਹਤ ਲਈ ਫਾਇਦੇਮੰਦ ਆ ਇਹ 'ਚ ਕੋਈ ਵੀ ਨੁਕਸਾਨ ਵਾਲੀ ਗੱਲ ਹੀ ਨਹੀਂ ਹੈਗੀ ਇਹ ਖਾਸ ਕਰਕੇ ਪਿਓਰ ਹੋਣੀ ਚਾਹੀਦੀ ਹੈ ਇਹ ਕਾਂਸੀ ਪਿਓਰ ਆ
होर साडे दर्शकां नूं सांझा कर दिओ होर किहड़ी किहड़ियां पुरानियां विरासत ने तुसीं सांभियां ने अज कल असीं देखदे वी दर्शकां नूं इक डोलू असीं देख रहे हां डोलू बहुत वधिया वा अज कल दे शायद नौजवानां नूं जां अज कल दीआं बीबियां नूं नहीं पता वी डोलू हुंदा की आ पर तुसीं देख रहे हो वी इह पुराने जमाने दा डोलू आ ते पित्तल दा डोलू आ तुसीं देख रहे हो वी किड्डा वधिया तिआर कीता गिया वा ते घरां दी शिंगार बणी होई आ पर अज कल इह तुहाडीआं रसोईआं विच जां तुहाडे घरां विच वेखण नूं नहीं मिलदा क्योंकि इह जिहड़ीआं बीबियां ने इहनां विच इहनां नूं इहनां बारे नहीं पता ते मैनूं इह सरविंदर भाअ जी ये डोलू जिहड़ा वा किस तरह दे दिओ डोलू बहुत वधिया लग रहा कि लगता नहीं अजकल दे घर आंदियां बीबियां उन्हां नूं इहनां बारे नहीं पता अजकल वेखो जी अजकल स्टील ही स्टील हैगी है जिहड़ा बीमारी का घर आ इहदे च डोलू पित्तल दे डोलू च चीज़ लियाणी भी फायदेमंद आ जिवें लस्सी वगैरह आपां पाणी भी हर एक चीज़ पित्तल दा भांडा अगे भी मैं दस्सिया फायदेमंद आ पर हुण लोकी वरतदे ही नहीं हुण गमला वेख लो अजकल प्लास्टिक दे चलदे आ पहलों पित्तल दे हुंदे ही ये सारी हर एक जिहड़ी मर्जी चीज़ वेख लो अजकल नहीं मिलनी ये सारियां पुरानी कल्चर दियां आ ਅਸੀਂ ਦੇਖਿਆ ਵੀ ਰਿੰਦਰ ਭਾਅ ਜੀ ਖਾਸ ਕਰਕੇ ਜਿਹੜਾ ਤੁਸੀਂ ਇੱਕ ਪੁਰਾਣੇ ਰਿਸ਼ੀ ਮੁਨੀ ਨਾਥਾਂ 'ਚ ਅਸੀਂ ਦੇਖਦੇ ਹੁੰਦੇ ਸੀ ਕੀ ਨਾਲ ਇਹਦੇ ਨਾਲ ਅਤੇ ਇਹਨਾਂ ਵਿੱਚ ਹਮੇਸ਼ਾ ਉਹ ਜਲ ਪਾ ਕੇ ਰੱਖਦੇ ਹੁੰਦੇ ਸੀ ਕਟਮੰਡਲ ਇਹਨੂੰ ਕਹਿੰਦੇ ਆ ਜੀ ਇਹ ਪੁਰਾਣੇ ਹੁਣ ਅੱਜ ਕੱਲ੍ਹ ਬੰਦੇ ਹੀ ਨਹੀਂ ਆ ਪੁਰਾਣੇ ਕੋਈ ਪਰਿਵਾਰ 'ਚ ਪਏ ਹੁੰਦੇ ਆ ਜਾਂ ਕਿਸੇ ਦੇ ਪਏ ਵੇਚ ਜਾਂਦੇ ਆ ਇਹ ਜ਼ਿਆਦਾਤਰ ਮੋਸਟਲੀ ਚੀਜ਼ਾਂ ਨਾ ਲੋਕਾਂ ਦੁਆਰਾ ਵੇਚੀ ਦੀਆਂ ਉਹਨੂੰ ਦੁਬਾਰਾ ਰੀਫਿਨਿਸ਼ ਆ ਦੁਬਾਰਾ ਉਹਨੂੰ ਫਿਰ ਫਿਨਿਸ਼ ਉਹਦੇ 'ਤੇ ਆਉਂਦੀ ਹੈ ਫਿਰ ਸਾਰਾ ਤਿਆਰ ਹੋਣ ਡਿਆ ਉਸ ਤਰ੍ਹਾਂ ਦੇ ਅੱਜ ਕੱਲ੍ਹ ਆ ਤੁਸੀਂ ਵੇਖ ਲਓ ਆਹ ਚੀਜ਼ਾਂ ਬਣਦੀਆਂ ਜੀ ਕੜਾਹੀ ਆਹ ਕੜਾਹੀ ਪਿੱਤਲ ਬਿਲਕੁਲ ਜੀ ਆਹ ਬਣਦੀ ਹੈ ਜਿੰਨੇ ਵੀ ਜਿਹੜੇ ਸਮਾਨ ਨੇ ਪੁਰਾਣੇ ਪਿੱਤਲ ਦੇ ਸਮਾਨ ਨੇ ਅਤੇ ਇਹ ਜਿਹੜੀਆਂ ਪਿੱਤਲ ਸਾਡੀ ਸਿਹਤ ਵਾਸਤੇ ਬਹੁਤ ਲਾਭਦਾਇਕ ਆ ਪਰ ਅੱਜ ਕੱਲ੍ਹ ਦੀ ਅਸੀਂ ਦੇਖਦੇ ਹਾਂ ਵੀ ਬੀਬੀਆਂ ਘਰਾਂ ਦੇ ਵਿੱਚ ਸਟੀਲ ਦੀ ਵਰਤੋਂ ਕਰਦੇ ਨੇ ਜਾਂ ਅਲਮੋਨੀਅਮ ਦੀ ਵਰਤੋਂ ਕਰਦੇ ਨੇ ਕਿਤੇ ਨਾ ਕਿਤੇ ਸਾਡੀ ਸਿਹਤ ਵਾਸਤੇ ਹਾਨੀਕਾਰਕ ਹੈ ਸਾਡੀ ਬੱਚਿਆਂ ਦੀ ਸਿਹਤ ਵਾਸਤੇ ਹਾਨੀਕਾਰਕ ਹੈ ਐਤਕੀ ਸਾਨੂੰ ਆਪਣੇ ਘਰਾਂ ਦੀ ਸ਼ਿੰਗਾਰ ਵਾਸਤੇ ਫਿਰ ਤੋਂ ਜਿਹੜੇ ਕੀ ਆ ਪਿੱਤਲ ਦੇ ਭਾਂਡੇ ਜਿਹੜੇ ਰੱਖਣੇ ਚਾਹੀਦੇ ਤੁਸੀਂ ਦੇਖ ਰਹੇ ਹੋ ਵੀ ਪਤੀਲੀ ਦਿਖਾਈ ਗਈ ਹੈ ਪੁਰਾਣੇ ਜ਼ਮਾਨੇ ਵਿੱਚ ਇਹਨਾਂ ਵਿੱਚ ਦੁੱਧ ਦੀ ਪਾ ਕੇ ਵਰਤੋਂ ਕੀਤੀ ਜਾਂਦੀ ਦੁੱਧ ਗਰਮ ਕੀਤਾ ਜਾਂਦਾ ਸੀ ਕਿ ਲੱਗਦਾ ਨਹੀਂ ਇਹਨਾਂ ਵਿੱਚ ਦੁੱਧ ਪਾ ਕੇ ਰੱਖਣਾ ਸਾਡੀ ਸਿਹਤ ਵਾਸਤੇ ਵਧੀਆ ਲੈ ਬਿਲਕੁਲ ਜੀ ਬਹੁਤ ਵਧੀਆ ਆਹ ਜਿਵੇਂ ਭਾਰਾ ਇਹਨੂੰ ਢਲਾਈ ਦਾ ਪਤੀਲਾ ਕਹਿੰਦੇ ਆ ਕਲੀ ਹੋਇਆ ਦਾ ਕਲੀ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਆ ਅੱਗ 'ਤੇ ਜਿਹੜਾ ਭਾਂਡਾ ਰੱਖਣਾ ਕਿ ਨਹੀਂ ਉਹਨੂੰ ਕਲੀ ਹੋਣੀ ਬਹੁਤ ਜ਼ਰੂਰੀ ਹੈ ਚਾਹੇ ਪਿੱਤਲ ਦਾ ਅਤੇ ਚਾਹੇ ਤਾਂਬੇ ਦਾ ਇਹ ਕਲੀ ਜਿਹੜੀ ਪਿੰਗਰ ਕੇ ਆਪਣੇ ਸਰੀਰ 'ਚ ਜਾਂਦੀ ਹੈ ਮੈਡੀਕਲ ਦੀਆਂ ਦੁਕਾਨਾਂ ਤੋਂ ਆਪਾਂ ਦਵਾਈ ਲੈਂਦੇ ਹਾਂ ਉਹ ਆਪਣਾ ਉਹਦੇ ਵਿੱਚ ਵੀ ਕਲੀ ਹੁੰਦੀ ਹੈ ਕਲੀ ਜਿਹੜੀ ਪਿੰਗਰ ਕੇ ਆਪਣੇ ਸਰੀਰ 'ਚ ਜਾਂਦੀ ਹੈ ਅਤੇ ਦਰਦਾਂ ਦੇ ਰੋਗ ਲਈ ਹੁੰਦੀ ਹੈ ਤਾਂ ਕਰਕੇ ਕਲੀ ਕਰਵਾਉਂਦੇ ਆ ਕੀ ਲੱਗਦਾ ਨਹੀਂ ਅਸੀਂ ਦੇਖਦੇ ਅੱਜ ਕੱਲ੍ਹ ਜਿੱਥੇ ਕਿ ਸਟੀਲ ਦੇ ਭਾਂਡੇ ਲੋਕ ਵਰਤਦੇ ਜਾਂ ਨਿੰਬੂਨੀ ਦੇ ਭਾਂਡਿਆਂ 'ਚ ਅਸੀਂ ਦੇਖਦੇ ਵੀ ਘਰਾਂ ਵਿੱਚ ਦੁੱਧ ਗਰਮ ਕਰਦੇ ਨੇ ਕਿ ਲੱਗਦਾ ਨਹੀਂ ਜਿਹੜਾ ਦੁੱਧ ਸਾਡੇ ਬੱਚੇ ਪੀਂਦੇ ਨੇ ਕਿਤੇ ਨਾ ਕਿਤੇ ਜ਼ਹਿਰ ਦਾ ਕੰਮ ਕਰਦੇ ਨੇ ਉਹ ਚੀਜ਼ ਨੂੰ ਅਲਮੀਨੀਅਮ ਦਾ ਭਾਂਡਾ ਤਾਂ ਚਲੋ ਹੈ ਹੀ ਨਿਰੀ ਜ਼ਹਿਰ ਹੈ ਜੀ ਪੁਰਾਣੇ ਜ਼ਮਾਨੇ 'ਚ ਅੰਗਰੇਜ਼ ਕੀ ਕਰਦੇ ਸੀ ਆ ਜੇਲ੍ਹਾਂ ਦੇ ਵਿੱਚ ਉਹਨਾਂ ਨੇ ਅਲਮੀਨੀਅਮ ਦੇ ਭਾਂਡੇ ਵਰਤਣੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਇਹਨੂੰ ਫਾਂਸੀ ਦੇਣ ਦੀ ਲੋੜ ਹੀ ਨਹੀਂ ਅਲਮੀਨੀਅਮ ਦੇ ਭਾਂਡੇ 'ਚ ਜਦੋਂ ਗਰਮ ਸਮਾਨ ਵਰਤਣਾ ਜਿਵੇਂ ਸਬਜ਼ੀ ਬਣਾਉਣੀ ਉਹ ਸਭ ਤੋਂ ਜ਼ਿਆਦਾ ਹਾਨੀਕਾਰਕ ਆ ਸਬਜ਼ੀ ਤੁਸੀਂ ਖਾ ਲਓ ਰੱਖ ਲਓ ਜਿਹੜੀ ਅੱਗ 'ਤੇ ਵਰਤਣਾ ਉਹ ਸਭ ਤੋਂ ਹਾਨੀਕਾਰਕ ਹੈ ਬਿਲਕੁਲ ਜੀ ਹੋਰ ਵੀ ਦਰਸ਼ਕਾਂ ਨੂੰ ਸਾਂਝੀ ਕਰਾਂਗੇ ਕਿਉਂਕਿ ਬਹੁਤ ਹੀ ਖਜ਼ਾਨਾ ਜਿਹੜਾ ਭਰਿਆ ਹੋਇਆ ਵਾ ਇੱਥੇ ਠਹਿਰਾਂ ਦੇ ਮੱਲੇ ਵਿੱਚ ਪਰਮਾਤਮਾ ਜੀ ਦੀ ਕਿਰਪਾ ਵਾ ਬਹੁਤ ਪੁਰਾਣੀ ਵਿਰਾਸਤ ਜਿਹੜੀ ਕਿ ਇੱਥੇ ਮਿਲਣ ਨੂੰ ਵੇਖਣ ਨੂੰ ਮਿਲਦੀ ਆ ਜਿਹੜਾ ਤੁਹਾਨੂੰ ਬਾਜ਼ਾਰ ਵਿੱਚ ਕਿਤੇ ਨਹੀਂ ਭਾਂਡਾ ਮਿਲੇਗਾ ਉਹ ਜੰਡਿਆਲਾ ਗੁਰੂ ਦੇ ਠਠਿਆਲਾ ਮੱਲੇ ਵਿੱਚ ਮਿਲੇਗਾ ਤੁਸੀਂ ਦੇਖ ਰਹੇ ਹੋ ਇੱਥੇ ਜਿਹੜਾ ਕਿ ਐਡਾ ਵਧੀਆ ਵਿਰਾਸਤ ਹੈ ਸਾਂਭੀ ਹੋਈ ਆ ਪੁਰਾਣੀਆਂ ਜਿਹੜੀਆਂ ਕਿ ਸੁਰਾਹੀਆਂ ਜਿਹੜੀਆਂ ਅਸੀਂ ਦੇਖਦੇ ਹਾਂ ਵੀ ਜ਼ਿਆਦਾਤਰ ਫਿਲਮਾਂ ਵਿੱਚ ਵੇਖਣ ਨੂੰ ਮਿਲਦੀਆਂ ਇੱਥੇ ਮੀਨਾਕਾਰੀ ਕੀਤੀ ਜਾਂਦੀ ਆ ਅਤੇ ਖਾਸ ਕਰਕੇ ਇਹਨਾਂ ਦੀ ਪੋਲਿਸ਼ ਕਰਕੇ ਜਿਹੜਾ ਵਾ ਸਾਫ਼ ਸੁਥਰਾ ਕਰਕੇ ਤੁਹਾਡੇ ਸਾਹਮਣੇ ਲੈ ਆਉਂਦੀ ਆ ਅਤੇ ਮੈਨੂੰ ਇਹ ਦੱਸੋ ਵੀ ਰਿੰਦਰ ਭਾਅ ਜੀ ਜਿੰਨੀ ਵੀ ਇੱਥੇ ਪਾਲਿਸ਼ ਕੀਤੀ ਜਾਂਦੀ ਹੈ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਇਹ ਆਪਣੇ ਕਾਰੀਗਰ ਹੁੰਦੇ ਜਾਂ ਪੰਜਾਬ 'ਚੋਂ ਬਾਹਰ ਕਾਰੀਗਰ ਹੁੰਦੇ ਸਾਰੇ ਨਹੀਂ ਜੀ ਆਪਣੇ ਆ ਨਾਲ ਹੀ ਹੈ ਜੰਡਿਆਲੇ 'ਚ ਕਾਰੀਗਰ ਰਹਿ ਗਏ ਆ ਦੋ ਤਿੰਨ ਪਹਿਲਾਂ ਜੰਡਿਆਲੇ 'ਚ ਕਾਰੀਗਰ ਹੁੰਦੇ ਸੀ ਟੋਟਲੀ ਜਿਵੇਂ ਹੱਥ ਨਾਲ ਬਰਤਨ ਬਣਾਉਣੇ ਅੰਦਾਜ਼ਾ 100-150 ਪਰਿਵਾਰ ਹੁੰਦਾ ਸੀ ਹੁਣ ਮੇਰੇ ਖਿਆਲ 5-10 ਹੀ ਰਹਿ ਗਏ ਹਾਈਐਸਟ 10 ਪਰਿਵਾਰ ਰਹਿ ਗਏ ਆ ਮੈਨੂੰ ਸੁਣਦੇ ਭਾਅ ਜੀ ਅਸੀਂ ਦੇਖਿਆ ਵੀ ਇੱਕ ਸੁਰਾਹੀ ਜਿਹੜੀ ਆ ਅਸੀਂ ਅਕਸਰ ਫਿਲਮਾਂ 'ਚ ਦੇਖਦੇ ਸੀ ਪੁਰਾਣੀ ਵਿਰਾਸਤ ਨੂੰ ਵੇਖਦੇ ਹਾਂ ਵੀ ਇਹਦੇ ਵਿੱਚ ਸੁਰਾਹੀ ਵਿੱਚ ਅਕਸਰ ਲੋਕ ਸ਼ਰਾਬ ਜਿਹਨੂੰ ਕਹਿੰਦੇ ਵੀ ਮਦਰਾ ਜਿਹੜੇ ਪੀ ਕੇ ਦੇਖਦੇ ਹੁੰਦੇ ਸੀ ਪਰ ਅੱਜ ਕੱਲ੍ਹ ਇਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਤੁਸੀਂ ਦੇਖ ਰਹੇ ਹੋ ਵੀ ਛੋਟੇ ਛੋਟੇ ਗਲਾਸ ਬਣਾਏ ਗਏ ਨੇ ਨਾ ਹੀ ਪੁਰਾਣੀ ਵਿਰਾਸਤਾਂ ਸਾਂਭੀ ਹੋਈਆਂ ਪਿੱਤਲ ਦੀਆਂ ਅਤੇ ਮੈਨੂੰ ਇਹ ਸੁਰਿੰਦਰ ਭਾਅ ਜੀ ਇਹ ਕਿੰਨੇ ਕੁ ਸਾਲ ਪੁਰਾਣੀ ਹੈਗੀ ਆ ਅਤੇ ਅਸੀਂ ਦੇਖਦੇ ਵੀ ਬਹੁਤ ਇਹਨੂੰ ਮੀਨਾਕਾਰੀ ਵੀ ਕੀਤੀ ਹੋਈ ਆ ਅਤੇ ਕੀ ਕੀ ਲਗਾਇਆ ਗਿਆ ਤੇ ਉੱਤੇ 250-300 ਸਾਲ ਪੁਰਾਣੀ ਜੀ ਹੁਣ ਤਾਂ ਕੋਈ ਬਣਾਉਂਦਾ ਹੀ ਨਹੀਂ ਹੈ ਨਾ ਇਹ ਮਿਲਣੀ ਹੈ ਕੋਈ ਪਰਿਵਾਰ ਇਹਨੂੰ ਵੇਚ ਗਿਆ ਅਤੇ ਉਹ ਬਸ ਰੱਖ ਲਈ ਹੈ ਆਪਣੇ ਜੋਗੀ ਕੋਈ ਅੱਗੋਂ ਫਿਰ ਸ਼ੌਕੀਨ ਬੰਦੇ ਬੜੇ ਆ ਉਹ ਲੈ ਜਾਂਦੇ ਆ ਲੋਕ ਵੇਚ ਕਿਤੇ ਕਿਉਂ ਨੇ ਕਿਉਂਕਿ ਇਹ ਘਰਾਂ ਦੀ ਸ਼ਿੰਗਾਰ ਹੁੰਦੇ ਨੇ ਭਾਂਡੇ ਅਸੀਂ ਦੇਖਿਆ ਹੈ ਇਸ ਦੁਕਾਨ ਉੱਤੇ ਲਗਾਏ ਗਏ ਨੇ ਅਤੇ ਕਿੰਨੇ ਸੋਹਣੇ ਲੱਗ ਰਹੇ ਨੇ ਪਰ ਲੋਕ ਕਿਉਂ ਵੇਚ ਦਿੰਦੇ ਨੇ ਪੁਰਾਣਾ ਸਾਡਾ ਵਿਰਾਸਤ ਆ ਕਿ ਲੋਕਾਂ ਨੂੰ ਕਿਉਂ ਨਹੀਂ ਚੰਗੀ ਲੱਗਦੀ ਇਹ ਚੀਜ਼ ਨੂੰ
अजकल की पीढ़ी नूं नहीं लगती जी, पुराणियां तां लगती है। अजकल की जिहड़ी पीढ़ी है जिहड़ी हुण 18-20-25 साल की, उन्हां नूं इह चीज़ां पसंद नहीं आ। पित्तल होया, तांबा होया, लोहा होया, ये सारिया चीज़ा साडे लई फायदेमंद। एक तो कांसी भी हुंदी है, जे आपां कांसी उह तुहानूं छन्ना जिहड़ा विखाया, यह सारिया चीज़ा फायदेमंद आ। पर अजकल की पीढ़ी इहदा फायदा नहीं उठाण दी, उन्हां नूं बस स्टील उहदी फिनिशिंग ज़्यादा हुंदी है, जां सिल्वर दे कुकर जिहड़ा नेरा जहर आ उह पसंद आ। हुण अजकल पित्तल दे कुकर भी आ गए आ, तांबे दे भी आ गए आ, विकदे आ, ਜਿਹਦੇ ਕੋਲ ਪੈਸਾ ਹੈਗਾ ਉਹ ਲੈਣ ਡਿਆ। ਹੋਰ ਸਾਂਝੇ ਕਰਾਂਗਾ ਤਸਵੀਰਾਂ, ਤੁਸੀਂ ਦੇਖ ਲਓ ਵੀ ਇਹ ਤਸਵੀਰਾਂ ਵਿੱਚ ਛੋਟਾ ਜਿਹਾ ਪੱਖਾ ਦਿਖਾਈ ਦਿੱਤਾ ਗਿਆ ਵਾ ਅਤੇ ਇੱਕ ਹੁੱਕਾ ਦਿਖਾਈ ਦਿੱਤਾ, ਜਿਹੜੇ ਪੁਰਾਣੇ ਬਜ਼ੁਰਗ ਹੁੱਕਾ ਪੀਂਦੇ ਹੁੰਦੇ ਸੀ, ਅਤੇ ਖਾਸ ਕਰਕੇ ਇੱਕ ਟੋਕਰੀ ਦਿਖਾਈ ਦਿੱਤੀ ਗਈ ਆ। ਅਤੇ ਮੈਂ ਆਪਣੇ ਦਰਸ਼ਕਾਂ ਜ਼ਰੂਰ ਸਾਂਝਾ ਕਰ ਦਾਂਗਾ ਵੀ ਇਹ ਅੱਜ ਕੱਲ੍ਹ ਦੀ, ਮੈਨੂੰ ਲੱਗਦਾ ਵੀ ਸ਼ਾਇਦ ਬੀਬੀਆਂ ਨੂੰ ਜਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹਦੇ ਬਾਰੇ ਨਹੀਂ ਪਤਾ ਵੀ ਇਹ ਕੀ ਚੀਜ਼ ਹੁੰਦੀ ਆ। ਇਹ ਸੁਰਮੇਦਾਨੀ ਆ, ਕਿਉਂ ਰਵਿੰਦਰ ਭਾਅ ਜੀ ਹੈ ਸੁਰਮੇਦਾਨੀ? ਬਿਲਕੁਲ ਠੀਕ ਕਹਿਣਾ ਮੈਂ ਜੀ। ਬਿਲਕੁਲ ਜੀ, ਬਿਲਕੁਲ ਸੁਰਮੇਦਾਨੀ ਆ। ਅੱਜ ਕੱਲ੍ਹ ਕਿੱਥੇ ਹੁਣ ਤੁਹਾਨੂੰ ਪਤਾ ਹੀ ਹੈ, ਅੱਜ ਕੱਲ੍ਹ ਕਿੱਥੇ ਆ, ਪਹਿਲਾਂ ਆਪਾਂ ਗਏ ਸੁਰਮਾ ਪਾਈਦਾ ਹੁੰਦਾ ਸੀ, ਅਸੀਂ ਵੀ ਪਾਉਂਦੇ ਰਹੇ ਹਾਂ ਖਾਇਆ ਕਰਕੇ, ਹੁਣ ਕੋਈ ਪਾਉਂਦਾ? ਹੁਣ ਤਾਂ ਕਿਸੇ ਨੂੰ ਪਤਾ ਹੀ ਨਹੀਂ, ਜਿਹਦੇ ਘਰ ਪਈ ਉਹਨੇ ਵੇਚ ਦੇਣੀ ਆ। ਸੁਰਮੇਦਾਨੀ ਪੁਰਾਣਾ ਕਲਚਰ ਸਾਂਭ ਕੇ ਰੱਖਿਆ ਦਾ। ਬਿਲਕੁਲ ਜੀ, ਮੈਂ ਇੱਕ ਦਰਸ਼ਕਾਂ ਨੂੰ ਸਾਂਝੀ ਕਰਦਾ ਵੀ ਸੁਰਮੇਦਾਨੀ ਸਾਡੇ ਜਿਹੜੇ ਪੁਰਾਣੇ ਸੀ, ਸਾਡੇ ਮਾਤਾਵਾਂ ਸਾਡੀਆਂ ਦਾਦੀਆਂ ਸਾਨੂੰ ਸੁਰਮੇ ਪਾਉਂਦੀਆਂ, ਅਤੇ ਸਾਡੀਆਂ ਅੱਖਾਂ ਦੇਖ ਲਓ ਕਿੱਡੀ ਕਿੱਡੀਆਂ ਮੋਟੀਆਂ ਨੇ। ਪਰ ਅੱਜ ਕੱਲ੍ਹ ਦੀਆਂ ਅਸੀਂ ਦੇਖਦੇ ਹਾਂ ਵੀ ਮਾਵਾਂ ਆਪਣੇ ਬੱਚਿਆਂ ਨੂੰ ਸੁਰਮਾ ਨਹੀਂ ਪਾਉਂਦੀਆਂ, ਅਤੇ ਅੱਖਾਂ ਦੇਖ ਲਓ ਕਿੰਨੀਆਂ ਕਿੰਨੀਆਂ ਐਂ ਲੱਗਦੀ ਜਿਵੇਂ ਨੇਪਾਲੀ ਜਾਂ ਚੀਨਾ ਦੇ ਜਿਹੜੇ ਬੱਚੇ ਹੋਣ। ਇਸ ਕਰਕੇ ਸੁਰਮਾ ਸਾਡੀ ਸਿਹਤ ਵਾਸਤੇ ਵੀ ਚੰਗਾ ਵਾ, ਕਿਤੇ ਸਾਡੀ ਅੱਖਾਂ 'ਚ ਪਾਉਂਦੀਆਂ, ਸਾਡੀ ਨਿਗਾਹ ਜ਼ਰੂਰ ਵੱਧਦੀ ਆ। ਇਸ ਕਰਕੇ ਅੱਜ ਕੱਲ੍ਹ ਦੀਆਂ ਮਾਵਾਂ ਨੂੰ ਇਸ ਚੀਜ਼ ਦਾ ਨਹੀਂ ਪਤਾ। ਅਤੇ ਮੈਨੂੰ ਦੱਸੋ ਵੀ ਇਹ ਬੜੀ ਵਧੀਆ ਇਹ ਪਾਲਿਸ਼ ਕੀਤੀ ਹੋਈ ਆ, ਪੂਰੀ ਪਿੱਤਲ ਦੀ ਬਣਾਈ ਗਈ ਆ। ਅਸੀਂ ਦੇਖਦੇ ਵੀ ਜਦੋਂ ਕਿਤੇ ਵਿਆਹ ਸ਼ਾਦੀ 'ਤੇ ਜਦੋਂ ਹੁੰਦੀ ਆ, ਅਤੇ ਭਾਬੀਆਂ ਅਕਸਰ ਆਪਣੇ ਦਿਓਰਾਂ ਨੂੰ ਸੁਰਮਾ ਜ਼ਰੂਰ ਪਾਉਂਦੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ? ਉਹ ਜਿਹੜੀਆਂ ਦੁਕਾਨਾਂ ਹੁੰਦੀਆਂ ਮਨਿਆਰੀ ਦੀਆਂ, ਉੱਥੋਂ ਕਿਰਾਏ 'ਤੇ ਲੈ ਕੇ ਜਾਂਦੀਆਂ, ਇਹ ਜਾਂ ਇੱਥੋਂ ਲੈ ਜਾਣਗੀਆਂ, ਜਿਹਨੂੰ ਪਤਾ ਜਿਵੇਂ ਤੁਹਾਨੂੰ ਹੁਣ ਪਤਾ ਲੱਗ ਗਿਆ ਇੱਥੋਂ ਲੈ ਜਾਣਗੇ। ਇਹ ਹੁਣ ਕਿਰਾਏ 'ਤੇ ਮਿਲਦੀਆਂ ਜੇ, ਹੁਣ ਉਹ ਜ਼ਮਾਨਾ ਨਹੀਂ ਰਿਹਾ ਵੀ ਮੁੱਲ ਲੈ ਕੇ, ਹਾਂ ਬਸ ਇਹਨੂੰ ਸ਼ਿੰਗਾਰ ਕੇ ਉਹਨੇ ਕਿਰਾਏ 'ਤੇ ਲੈ ਜਾਣੇ ਆ, ਅਤੇ ਮੁੜ ਕੇ ਫੇਰ ਦੇ ਜਾਣੇ ਆ। ਅਸੀਂ ਅਕਸਰ ਦੇਖਦੇ ਵੀ ਜ਼ਿਆਦਾਤਰ ਅੱਜ ਕੱਲ੍ਹ ਜਦੋਂ ਵਿਆਹ ਸ਼ਾਦੀ ਹੁੰਦਾ, ਅਤੇ ਪਹਿਲਾਂ ਤੋਂ ਅੱਖਾਂ ਦੇ ਭਾਬੀਆਂ ਜਿਹੜੀਆਂ ਵਿਆਹ ਸ਼ਾਦੀ ਹੁੰਦੀਆਂ, 4-5 ਭਾਬੀਆਂ ਆਉਂਦੀਆਂ ਸੀ, ਅਤੇ ਅੱਖਾਂ ਭਰ ਦਿੰਦੇ ਸੀ। ਅਤੇ ਅੱਜ ਕੱਲ੍ਹ ਅਸੀਂ ਦੇਖਦੇ ਜੇਕਰ ਵਿਆਹ ਸ਼ਾਦੀ ਹੁੰਦੀ ਆ, ਅਤੇ ਲਾੜੇ ਨੂੰ ਕੀ ਕਰਦੇ ਨੇ, ਉਹ ਸਿਰਫ ਲਾਗੇ ਮਾੜਾ ਜਿਹਾ ਖਾਸ਼ੂ ਕਰ ਦਿੰਦੇ, ਨਾ ਹੀ ਸੁਰਮਾ ਪਾਉਂਦੇ ਨੇ। ਕਿਸ ਤਰ੍ਹਾਂ ਦੇ ਬਸ ਬਸ ਇਹੋ ਹੀ ਗੱਲ ਹੈ, ਹੁਣ ਕੋਈ ਇਹ ਚੀਜ਼ ਵਰਤ ਕੇ ਰਾਜੀ ਨਹੀਂ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ, ਬਸ ਸਿਰਫ ਇੱਕ ਸ਼ੋ ਪੀਸ ਹੀ ਰਹਿ ਗਿਆ, ਇੱਕ ਵੈਸੇ ਹੀ ਵਿਖਾਵਾ ਜਿਹਾ ਰਹਿ ਗਿਆ ਵੀ ਸੁਰਮਾ ਪਾਉਣਾ। ਤੁਸੀਂ ਦੇਖ ਲਓ ਵੀ ਪੁਰਾਣੀ ਵਿਰਾਸਤ ਸਾਂਭੀ ਹੋਈ ਇਸ ਦੁਕਾਨ 'ਤੇ, ਇੱਕ ਛੋਟਾ ਜਿਹਾ ਪੱਖਾ ਵੀ ਆ। ਮੈਨੂੰ ਇਹ ਦੱਸੋ ਵੀ ਇਹ ਜਿਹੜਾ ਪੱਖਾ ਬਣਾਇਆ ਗਿਆ, ਇਹ ਬਿਲਕੁਲ ਪੱਖਾ ਚੱਲਦਾ ਵੀ ਹੈ ਕਿ ਇਕੱਲਾ ਸ਼ੋ ਪੀਸ ਬਣਾਈ ਗਈ ਹੈ ਪੱਖੇ ਵੱਲੋਂ? ਨਹੀਂ ਜੀ ਨਹੀਂ, ਚੱਲਦਾ ਇਹ ਚਾਰਜ ਕਰਕੇ ਚੱਲਦਾ। ਆਹ ਵੇਖੋ ਚੱਲ ਪਿਆ, ਦੇਖ ਲਓ ਵੀ ਪੱਖਾ ਚੱਲ ਰਿਹਾ, ਸਟੀਲ ਦਾ ਪੱਖਾ ਬਣਾਇਆ ਹੋਇਆ ਵੇ। ਜਿੱਥੇ ਘਰ ਦੀ ਸ਼ਿੰਗਾਰ ਬਣਿਆ ਨਾ, ਉੱਥੇ ਹੀ ਇਹ ਜਿਹੜਾ ਕਿ ਗਰਮੀ ਵਾਸਤੇ ਰਾਹਤ ਹੈ, ਅਤੇ ਘਰ ਦੀ ਸ਼ਿੰਗਾਰ ਵੀ ਪੱਖਾ ਬਣਿਆ ਹੋਇਆ। ਇਹ ਪਿੱਤਲ ਦਾ ਜੀ, ਪਿੱਤਲ ਦਾ ਬਣਿਆ ਦਾ। ਤੁਸੀਂ ਦੇਖ ਲਿਓ ਵੀ ਇੱਥੇ ਤੁਹਾਨੂੰ ਹਰ ਇੱਕ ਚੀਜ਼ ਵਿਰਾਸਤ ਜਿਹੜੀ ਕਿ ਸਾਡੀ ਪੁਰਾਣੀ ਵਿਰਾਸਤ ਆ ਉਹ ਇੱਥੇ ਮਿਲੇਗੀ। ਪਿੱਤਲ ਦੀਆਂ ਸੁਰਾਹੀਆਂ ਨੇ, ਪਿੱਤਲ ਦੇ ਭਾਂਡੇ ਨੇ, ਪਿੱਤਲ ਦੀਆਂ ਹੀ ਹਰ ਇੱਕ ਚੀਜ਼ਾਂ ਨੇ, ਤੁਸੀਂ ਦੇਖ ਰਹੇ ਹੋ। ਅਤੇ ਮੈਂ ਖਾਸ ਕਰਕੇ ਅੱਜ ਪਿੱਤਲ ਦੀ ਪਰਾਤ ਜ਼ਰੂਰ ਸਾਂਝੀ ਕਰਾਂਗਾ ਦਰਸ਼ਕਾਂ ਨੂੰ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਵੀ ਪਿੱਤਲ ਦੀ ਪਰਾਤਾਂ ਨਹੀਂ ਵੇਖਣ ਨੂੰ ਘਰਾਂ 'ਚ ਮਿਲਦੀਆਂ। ਅੱਜ ਕੱਲ੍ਹ ਦੀ ਬੀਬੀਆਂ ਜ਼ਿਆਦਾਤਰ ਸਟੀਲ ਦੀਆਂ ਪਰਾਤਾਂ 'ਚ ਆਟਾ ਗੁੰਨਦੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਸਟੀਲ ਦੀ ਪਰਾਤ 'ਚ ਆਟਾ ਗੁੰਨਦੀਆਂ ਨੇ, ਕਿਤੇ ਨਾ ਕਿਤੇ ਸਾਡੀ ਸਿਹਤ ਵਾਸਤੇ ਨੁਕਸਾਨਦੇਹ ਹੀ ਹੈ? ਬਿਲਕੁਲ ਜੀ ਬਿਲਕੁਲ, ਜਿਵੇਂ ਮੈਂ ਅੱਗੇ ਦੱਸਿਆ ਪਿੱਤਲ ਪਿੱਤਲ ਆ, ਇਹਦੇ 'ਚ ਆਟਾ ਗੁੰਨਾ, ਇਹਦੇ ਜਦੋਂ ਆਪਾਂ ਮੁੱਠੀ ਨਾਲ ਗੁੰਨਦੇ ਹਾਂ, ਇਹਦੇ ਜਿਹੜੇ ਗੋਣੇ ਆ ਪਿੱਤਲ ਦੇ ਉਹ ਆਟੇ 'ਚ ਜਾਣੇ ਆ। ਸਟੀਲ ਦੀ ਇੱਕ ਪਰਾਤ ਮੰਨ ਲਓ 250 ਦੀ ਹੈ, ਇਹ ਅੰਦਾਜ਼ਾ 700-800 ਦੀ ਬਣਨੀ ਹੈ। ਬਸ ਇਹ ਫਰਕ ਆ ਵੀ ਜਿਹਦੇ ਕੋਲ ਪੈਸਾ ਅੱਜ ਕੱਲ੍ਹ ਥੋੜ੍ਹਾ ਜਿਹਾ ਰਿਚ ਪਰਸਨ ਆ, ਉਹ ਖਰੀਦਦਾ ਪਿੱਤਲ ਦੇ ਭਾਂਡੇ, ਨਹੀਂ ਤਾਂ ਅੱਜ ਕੱਲ੍ਹ ਸਟੀਲ ਦੇ ਡਿਨਰ ਸੈੱਟ ਬਸ ਉਹਦੇ 'ਚ ਸਭ ਕੁਛ ਹੁੰਦਾ। ਪਰ ਕੀ ਲੱਗਦਾ ਹੁੰਦਾ ਭਾਅ ਜੀ, ਜਿਵੇਂ ਮੈਂ ਗੱਲ ਕੀਤੀ ਵੀ ਫਿਰ ਤੋਂ ਜਿਹੜਾ ਕਿ ਪੁਰਾਣਾ ਜ਼ਮਾਨਾ ਆ ਗਿਆ, ਅੱਜ ਕੱਲ੍ਹ ਫਿਰ ਘਰਾਂ 'ਚ ਸ਼ਿੰਗਾਰ ਦੇਖਣ ਨੂੰ ਮਿਲ ਰਹੀ ਆ, ਸ਼ਾਇਦ ਲੋਕ ਅੱਜ ਕੱਲ੍ਹ ਫਿਰ ਆਪਣੇ ਘਰਾਂ ਵਿੱਚ ਪੁਰਾਣੀ ਵਿਰਾਸਤ ਜਿਹੜੀ ਆ, ਪੁਰਾਣੇ ਬਰਤਨ ਆ ਜਿਹੜੇ ਉਹ ਫਿਰ ਲਿਆ ਕੇ ਰੱਖ ਰਹੇ ਨੇ? ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ, ਹੁਣ ਫਿਰ ਦੁਬਾਰਾ ਵਾਪਸ ਕਲਚਰ ਵਾਪਸ ਆਉਣ ਡਿਆ, ਪਰ ਉਹ ਹਜੇ ਆਉਣ ਡਿਆ ਸਿਰਫ ਲੈਂਡਲੋਡ ਕਹਿ ਲਓ ਬੰਦਿਆਂ 'ਚ ਜਾਂ ਰਿਚ ਫੈਮਿਲੀ 'ਚ, ਮਾੜਾ ਬੰਦਾ ਹਜੇ ਸਟੀਲ ਵਗੈਰਾ 'ਚ ਜਾਂਦਾ, ਪਰ ਫਰਕ ਪੈ ਗਿਆ। ਜਿਵੇਂ ਹਰ ਕੋਈ ਜਿਹੜਾ ਚਲੋ ਚੰਗਾ ਬੰਦਾ ਉਹ ਪਿੱਤਲ ਦੇ ਭਾਂਡੇ ਲੈਣ ਡਿਆ, ਪਿੱਤਲ ਦੇ ਭਾਂਡੇ ਹੁਣ ਦੁਬਾਰਾ ਵਿਕਣੇ ਕਾਫੀ ਜ਼ਿਆਦਾ ਫਰਕ ਪੈ ਗਿਆ ਦਾ, ਵਿਕਣੇ ਸ਼ੁਰੂ ਹੋ ਗਏ ਆ। ਰਵਿੰਦਰ ਭਾਅ ਜੀ, ਅਸੀਂ ਅਕਸਰ ਦੇਖਦੇ ਵੀ ਜਦੋਂ ਕਿਤੇ ਧੀ ਭੈਣ ਦਾ ਵਿਆਹ ਹੁੰਦਾ ਵਾ, ਅਤੇ ਦਾਜ ਵਿੱਚ ਭਾਂਡੇ ਜ਼ਰੂਰ ਦਿੱਤੇ ਜਾਂਦੇ ਨੇ, ਅਤੇ ਕੀ ਲੱਗਦਾ ਵੀ ਅੱਜ ਕੱਲ੍ਹ ਵੀ ਫਿਰ ਪਿੱਤਲ ਦੇ ਭਾਂਡਿਆਂ ਦਾ ਕਰੇਜ਼ ਹੋ ਗਿਆ ਦੇਣ ਵਾਸਤੇ, ਜਿੱਥੇ ਕਿ ਅਸੀਂ ਦੇਖਦੇ ਹੋਰ ਭਾਂਡੇ ਦੇ ਦਿੰਦੇ, ਪਿੱਤਲ ਦੇ ਭਾਂਡੇ ਦਾ ਕਰੇਜ਼ ਵਧਿਆ ਅੱਗੇ ਨਾਲੋਂ? ਨਹੀਂ ਨਹੀਂ, ਦਾਜ ਵਿੱਚ ਅਜੇ ਘੱਟ ਹੀ ਵਧਿਆ, ਕਿਉਂਕਿ ਉਹ ਕੁੜੀਆਂ ਹੁੰਦੀਆਂ ਅੱਜ ਕੱਲ੍ਹ ਦੀਆਂ ਥੋੜ੍ਹੀਆਂ ਫੈਸ਼ਨੇਬਲ, ਇਹ ਘਟਨਾ ਸਾਡੇ ਨਾਲ ਬੜੀਆਂ ਵਾਪਰ ਗਈਆਂ, ਉਹ ਸਟੀਲ ਨੂੰ ਪਸੰਦ ਕਰਦੀਆਂ।
जेडे पुराने बजुर्ग आ वो फिर पित्तल दा ही कहिंदे आ। पित्तल दी परात पतीला कढ़ाई मशहूर हुंदा सी दाज दे विच, इहनूं शगन मन्निया गया, पर हुण अज कल दी पीढ़ी नूं नहीं पता, वो बस अपने स्टील लाई। ठीक है, बहुत बहुत धन्यवाद जी। ये सी गलबात कीती रविंदर भाई जिहड़े कि इस इलाके के जिहड़े कि ठठाला महल के प्रधान ने। तुसीं देख रहे हो कि इन्हां वल्लों जिहड़ा कि अज एक साडा गलबात सांझी कीती गई, साडी पुरानी विरासत जिहड़े कि लोग भुलदे जा रहे हैं, जिहड़े पित्तल दे भांडे ने। तुसीं देखिया कि इन्नियां पुरानियां विरासत जिहड़े कि इत्थे इन्हां ने दिखाई गई अज साडे दर्शकां नूं, जिहड़ी कि असीं वी नहीं देखी सी, पर कह लो कि खजाना जिहड़ा सांभ के रख्या गया। उन्होंने कहा कि साडे पुराने बजुर्ग जिहड़े सी पित्तल दे भांडां दी वरतों करदे सी, उन्हां दी सेहतां बहुत चंगी रहिंदियां सी। इस करके अज कल दी पीढ़ी नूं चाहीदा कि साडे पुरानी विरासत नाल जुड़ना चाहीदा वा, तां जो कि इहनां दी जिहड़ी सेहत चंगी हो सके। मैनूं दिओ इजाजत, मैं तुहाडा अपना हरजीत गरेवाल, पंजाबी लोक चैनल, अमृतसर।